1 ਤੋਂ 10 ਜੂਨ ਤੱਕ ਕਿਸਾਨਾਂ ਨੇ ਹੜਤਾਲ ਦਾ ਐਲਾਨ ਕੀਤਾ ਹੋਇਆ, ਪਰ ਇਹ ਹੜਤਾਲ ਹੁਣ ਕਈ ਥਾਵਾਂ ਤੇ ਗੁੰਡਾਗਰਦੀ 'ਚ ਬਦਲ ਚੁੱਕੀ ਹੈ। ਕਿਸਾਨਾਂ ਤੋਂ ਦੋਧੀ ਅਤੇ ਹੋਰ ਛੋਟੇ ਦੁਕਾਨਦਾਰ ਇਸ ਕਦਰ ਡਰੇ ਹੋਏ ਨੇ ਕਿ ਉਹ ਦੁੱਧ ਦੀ ਢੋਆ ਢੁਆਈ ਲਈ ਐਂਬੂਲੈਂਸ ਸਮੇਤ ਹੋਰ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾ ਰਹੇ ਨੇ। ਹੁਣ ਤੁਹਾਨੂੰ ਇੱਕ ਇੱਕ ਕਰਕੇ ਕਿਸਾਨਾਂ ਦੇ ਭੇਸ 'ਚ ਗੁੰਡੇ ਦਿਖਾਉਂਦੇ ਹਾਂ। ਪਹਿਲੀ ਤਸਵੀਰ ਰੋਪੜ ਦੇ ਨੂਰਪੁਰ ਬੇਦੀ ਦੀ ਹੈ, ਜਿੱਥੇ ਕਿਸਾਨਾਂ ਨੇ ਵੇਰਕਾ ਦੀ ਗੱਡੀ ਰੋਕੀ ਅਤੇ ਸ਼ਰੇਆਮ ਦੁੱਧ ਦੇ ਪੈਕਟ ਸੜਕ 'ਤੇ ਖਿਲਾਰ ਦਿੱਤੇ ਅਤੇ ਗੱਡੀ ਚਲਾਉਣ ਵਾਲਾ ਦਿਲਬਾਗ ਸਿੰਘ ਉਹਨਾਂ ਦਾ ਮੂੰਹ ਤੱਕਦਾ ਰਹਿ ਗਿਆ। ਅਗਲੇ ਤਸਵੀਰਾਂ ਤੁਹਾਨੂੰ ਦਿਖਾਉਂਦਿਆਂ ਮੋਹਾਲੀ ਨੇੜਲੇ ਖਰੜ ਦੀਆਂ, ਜਿੱਥੇ ਕਿਸਾਨਾਂ ਨੇ ਗਰੀਬ ਸਬਜ਼ੀ ਵਾਲਿਆਂ 'ਤੇ ਖੂਬ ਗੁੰਡਾਗਰਦੀ ਦਿਖਾਈ। ਦੁਕਾਨਾਂ 'ਚੋਂ ਇਹਨਾਂ ਕਿਸਾਨਾਂ ਨੇ ਸਬਜ਼ੀਆਂ ਜ਼ਮੀਨ 'ਤੇ ਖਿਲਾਰ ਦਿੱਤੀਆਂ ਅਤੇ ਦੁਕਾਨਦਾਰ ਬੇਬਸ ਨਜ਼ਰ ਆਏ। ਅਗਲੀ ਤਸਵੀਰ ਕਿਸਾਨਾਂ ਦੇ ਖੌਫ ਦੀ ਹੈ, ਜਿੱਥੇ ਅਬੋਹਰ 'ਚ ਆਪਣਾ ਨੁਕਸਾਨ ਹੁੰਦੇ ਵੇਖ ਜਦੋਂ ਦੋਧੀਆਂ ਨੇ ਐਂਬੂਲੈਂਸ ਦਾ ਸਹਾਰਾ ਦੁੱਧ ਦੀ ਢੋਆ ਢੁਆਈ ਲਈ ਲਿਆ ਤਾਂ ਕਿਸਾਨਾਂ ਨੇ ਐਂਬੂਲੈਂਸ ਵਾਲੇ ਨੂੰ ਵੀ ਨਾ ਬਖਸ਼ਿਆ। ਸੋ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨਾਂ ਨੂੰ ਅਜਿਹੀਆਂ ਕਾਰਵਾਈ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਹੋਕਾ ਦੇਣ ਵਾਲੀ ਪੰਜਾਬ ਪੁਲਿਸ ਘੋੜੇ ਵੇਚ ਕੇ ਕਿੱਥੇ ਸੌ ਰਹੀ ਹੈ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।